आकाशवाणी। प्रधानमंत्री नरेन्द्र मोदी और केंद्र शासित प्रदेश जम्मू कश्मीर के दं रोजा दौरे पर श्रीनगर पुजे न न नौजवाने की कार्यक्रम दौरान नियुक्ति पत्र बेग ते विकास परियोजनाएं की भी शुरू किय राष्ट्रपति द्रौपदी मुर्मू ਨੇ ਆਖਿਆ ਜੇ ਸੰਵੇਦਨਸ਼ੀਲਤਾ ਤੇ ਸਮਾਵੇਸ਼ੀਪਨ ਸਾਡੀ ਸੰਸਕ੍ਰਿਤੀ ਤੇ ਸਭਿਅਤਾ ਦਾ ਅੰਤਰੁਟ ਇਸ ਸਾਨਮ ਰੱਖਿਆ ਮੰਤਰਾਲੇ ਹਿੰਦੋਂ ਦੇ 에ਅਰਫੋਰਸ ਸਟੇਸ਼ਨ ਚ ਸਾਬਕਾ ਕਰਮੀਆਂ ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕਰੋ ਸੁਪਰੀਮ ਕੋਰਟ ਨੇ ਦੇਸੀਦਰਬਖ ਬਖ ਹਾਈ ਕੋਰਟ ਚ ਕਥਿਤ ਨੀਟ ਯੂਜੀ ਪੇਪਰ ਲੀਕ ਕਰਨੇ ਜੁੜੇ ਦੇ ਮਾਮਲੇ ਦੇ ਦੇਰੀ ਨਾ ਮਾਮਲੇ ਦੀ ਸੁਣਵਾਈ ਉਪਰ ਅੱਜ ਰੋਕ ਲਾਈ ਦਿੱਤੀ ਤੇਪਾਰਤੀ ਮੌਸਮ ਵਿਭਾਗ ਨੇ ਆਖਿਆ ਜੇ ਆਉਂਦੇ ਮੌਨਸੂਨ ਦੇ ਆਉਣੇ ਕਨੇ ਕਿਸ ਦਿਨ ਅਚ ਗਰਮ ਹਵਾ ਅਲੇ ਅਲਾਜ ਚ ਕਮੀ ਆਉਗ ਤੇ ਉੱਤਰ ਪੱਛਮ ਤੇ ਪੂਰਬੀ ਤੇ ਮੱਧ ਪਾਰਚ ਸ਼ਮਾਨੀ ਬਿਜਲੀ ਕਰਜ ਨੇ ਦੀ ਪੇਸ਼ਗੋਈ ਕੀਤੀ ਟਨ ਖਬਰ ਦੀ ਤਫਸੀਲ प्रधानमंत्री नरेंद्र मोदी और केंद्र शासित प्रदेश जम्मू कश्मीर दं रोजा दौरे पर श्रीनगर पुजी गये दौरे च श्रीनगर च आयोजित योग कार्यक्रम वैश्विक समुदाय का त्यन गया ए प्रधानमंत्री उन्दा अपने लगातार त्रीय कार्यक्रम च प्रधानमंत्री बनने पहला दौरा है ਸ਼੍ਰੀਨਗਰ ਦੇ ਮਸ਼ਹੂਰ ਦਲਚੀਲ ਦੇ ਕੰਡੇ ਸ਼੍ਰੀ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਕੰਪਲੈਕਸ ਚ ਕਲ ਯੋਗ ਸੱત્ર ਚ ਕੋਈ 7000 ਕੁਲਾਮਤੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਜਮ ਕਸ਼ਮੀਰ ਦੇ ਉਪ ਰਾਜਪਾਲ ਮਨੋਜ सिन्हा ਅਤੇ ਸ਼੍ਰੀਨਗਰ ਕੀ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਆਯੋਜਿਤ ਕਰਨੇ ਤਾਈ ਤਾਲਨੇ ਕੀ ਤੇ ਹੰਦਾ ਆਭਾਰ ਪ੍ਰਗਟ ਕੀਤਾ ਉਹਨੇ ਕਲ ਉਹਨਾਂ ਲਈ ਯੋਗ ਸੱત્ર ਚ ਮਹਿਲਾਇਨ ਤੇ ਕੁੜੀਆਂ ਦੇ ਇਸ ਮੌਕੇ ਸ਼ਾਮਲ ਹੋਣੇ ਕੀਤੇ ਖੁਸ਼ੀ ਪ੍ਰਗਟ ਕੀਤੀ ਪ੍ਰਧਾਨ ਮੰਤਰੀ ਉਹਨੇ ਸ਼੍ਰੀਨਗਰ ਤੇ ਜੰਮੂ ਤੇ ਕਸ਼ਮੀਰ ਲਈ ਕੋਈ 1500 ਕਰੋੜ ਕੁਲਾਮਤੇ ਰੁਪਏ ਦੀ ਲਗਤਾਂ ਦੀ ਹੈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਤੇ ਉਦਘਾਟਨ ਵੀ ਕੀਤਾ ਇਸ ਦੇ ਸ਼੍ਰਕ ਬੁਨਿਆਦੀ ਢਾਂਚਾ ਪਾਣੀ ਸਪਲਾਈ ਅਲ ਯੋਜਨਾ ਤੇ ਉੱਚ ਸਿੱਖਿਆ ਚ ਬੁਨਿਆਦੀ ਢਾਂਚਾ ਗਤ ਵਿਕਾਸ ਸ਼ਾਮਲ ਹੈ ਸ਼੍ਰੀ ਮੋਦੀਓਰੇ ਚਨਾਨੀ ਪਤਨੀ ਟਾਪ 나ਸ਼ਿਕ ਖੰਡ ਦੀ ਬਿਹਤਰੀ ਜਨਾਈ ਪ੍ਰੋਜੈਕਟਾਂ ਤੇ ਉਦਯੋਗਿਕ ਇਕਾਈ ਦੇ ਵਿਕਾਸ ਤੇ 6 ਸਰਕਾਰੀ ਡਿਗਰੀ ਕਾਲਜਾਂ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ ਸ਼੍ਰੀ ਮੋਦੀਓਰੇ ਰਾਈਬਾਇਤੇ ਆਉਣ ਉਹਦੇ ਨੇ ਸਬੰਧਿਤ ਖੇਤਰਿਆ ਚ ਮੁਕਾਬਲੇਬਾਜ਼ੀ ਆਲੀ ਬੇਤਰੀ ਸਰਬੰਧੀ 1800 ਕਰੋੜ ਰੁਪਏ ਦੀ ਲਗਤਾਂ ਦੀ ਪ੍ਰੋਜੈਕਟਾ ਕੀ ਸ਼ੁਰੂ ਕਰਾਇਆ ਸਮੁੱਚੇ ਜੰਮੂ ਕਸ਼ਮੀਰ ਦੇ 20 ਜ਼ਿਲ੍ਹੇ ਦੇ 90 ਬਲਾਕੇ ਚ ਪ੍ਰੋਜੈਕਟਾ ਕੀ ਲਾਗੂ ਕੀਤਾ ਜਾਗ ਜਿਸ ਰਾਹੀਂ 15 ਲੱਖ ਲਾਭਾਰਥੀਏ ਗੀ ਲਾ ਪੁੱਜੋਗ ਸ਼੍ਰੀ ਮੋਦੀ ਹੁੰਦੇ ਦੌਰੇ ਦੌਰਾਨ ਸ਼੍ਰੀ ਕਸ਼ਮੀਰ ਕਨਵੈਨਸ਼ਨ ਸੈਂਟਰ SKICC ਚ ਨੌਜਵਾਨੇ ਗੀ ਸਸ਼ਕਤ ਕਰਨੇ ਤੇ ਜੰਮੂ ਕਸ਼ਮੀਰ ਦੇ ਬਦਲਾਵ ਨਾ ਦੇ ਕਾਰਜਕ੍ਰਮ ਚ ਸ਼ਾਮਲ ਹੋਏ ਸ਼੍ਰੀ ਮੋਦੀure ਜਮ ਕਸ਼ਮੀਰ ਦੇ ਮਸਾਲਜੋਗ ਨੌਜਵਾਨੇ ਕੰਨੇ ਮਿਲਾਟੀ ਕੀਤੀ ਤੇ ਕੋਈ 2000 ਲੋਕਾਂ ਕੀ ਸਰਕਾਰੀ ਖੇਤਰ ਚ ਨਿਯੁਕਤੀ ਪੱਤਰ ਵੀ ਬੰਡੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਰੇ ਅੱਜ ਨਵੀਂ ਦਿੱਲੀ ਚ ਦਿਵਿਆਂਗ ਜਨ ਲਈ ਪੰਡਿਤ ਦੀਨदयाल उपाध्याय ਰਾਸ਼ਟਰੀ ਸੰਸਥਾਨ ਦਾ ਦੌਰਾ ਲਾਇਆ ਆਪਣੇ ਇਸ ਦੌਰੇ ਦੌਰਾਨ ਰਾਸ਼ਟਰਪਤੀਓਰੇ ਦਿਵਿਆਂਗ ਜਾਗਤੇ ਕਰਨੇ ਗੱਲਬਾਤ ਕੀਤੀ ਤੇ ਹੁੰਦੇ ਆਸਿਆ ਪੇਸ਼ ਕੀਤੀ ਕਿ ਇਹਦੀ ਸਾਂਸਕ੍ਰਿਤਿਕ ਗਤੀਵਿਤੀਆਂ ਦੇ ਸਾਕਸ਼ੀ ਬਣੇ ਉਹਨੇ ਅੱਡੀਆਂ ਤੇ ਜੋੜੇ ਸਰਬੰਦੀ ਵਿਕਾਰਾਂ ਤੇ కృਤਮ ਅੰਗ ਸਰਬੰਦੀ ਕੇਂਦਰ ਦਾ ਦੌਰਾ ਲਾਇਆ ਈ ਉੱਥੇ ਮਰੀਜ਼ਾਂ ਕੰਨੇ ਗੱਲਬਾਤ ਕੀਤੀ ਕਿੱਥੇ ਕੀ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀਓਰੇ ਆਖਿਆ ਜੇ ਕਿਸੇ ਮੁਲਖਾ ਜਾਂ ਸਮਾਜ ਦੀ ਤਰੱਕੀ ਦਾ ਮੁੱਲ ਉਸ ਮੁਲਖਾ ਜਾਂ ਸਮਾਜ ਦੇ ਲੋਕਾਂ ਦੀ ਦਿਵਿਆੰਗ ਜਨੇ ਦੇ ਪ੍ਰਤੀ ਦੱਸੀ ਗਈ ਦੀ ਸੰਵੇਦਨਸ਼ੀਲਤਾ ਕੰਨੇ ਪੈਦਾ ਹੁੰਦਾ ਹੈ ਉਨੇ ਆਖਿਆ ਜੇ ਸੰਵੇਦਨਸ਼ੀਲਤਾ ਤੇ ਸਮਗਰਤਾ ਸਾਡੀ ਸੰਸਕ੍ਰਿਤੀ ਤੇ ਸਭਿਤਾ ਦੇ ਮਹੱਤਵਪੂਰਨ ਅੰਗ ਨ ਰਾਸ਼ਟਰਪਤੀ ਹੋਰੇ ਦਿਵਿਆੰਗ ਜਨੇ ਦੇ ਸਮਾਜਿਕ ਆਰਥਿਕ ਸਸ਼ਕਤੀਕਰਨ ਦੀ ਦਿਸ਼ਾ ਚ ਕੰਮ ਕਰਨ ਲਈ ਸੰਸਥਾਨ ਕੰਨੇ ਜੁੜੇ ਦੇ ਸਭ ਨੇ ਲੋਕਾਂ ਦੀ ਸਰਾਹਨਾ ਕੀਤੀ ਰੱਖਿਆ ਮੰਤਰਾਲੇ ਕੱਲ ਹਿੰਦੌਨ ਅਵਾਈ ਬਲ ਅਲਸਟੇਸ਼ਨ 'ਚ ਸਾਬਕਾ ਕਰਮੀਆਂ ਸਰਵੰਦੀ ਰੋਜ਼ਗਾਰ ਮੇਲੇ ਦਾ ਆਯੋਜਨ ਕਰੋਗ ਇਸ ਦਾ ਮਕਸਦ ਸਾਬਕਾ ਕਰਮੀਆਂ ਕੀ ਰੋਜ਼ਗਾਰ ਦਾ ਦੂਆ ਮੌਕਾ ਦੇਣਾ ਹੈ ਮੰਤਰਾਲੇ ਨੇ ਆਖਿਆ ਜਿਸ ਸਮੂਲ ਚ ਮੂਲ ਖਾਤਿਰੂ ਨੇ ਸੀਕੇ ਦੇ ਵરિਸ਼ਟ ਕਰਮੀ ਇਸ ਮੇਲੇ 'ਚ ਸ਼ਾਮਲ ਹੋਣ ਲਈ ਯੋਗਨ ਇਹ ਮੇਲਾ ਪ੍ਰਤੀ ਰੋਜ਼ਗਾਰ ਦੇਣੇ ਸਰਵੰਦੀ ਮਹਾਨ ਨਿਰਦੇਸ਼ਕ ਆਸਿਆਂ ਆਯੋਜਿਤ ਕੀਤਾ ਜਾਂਦਾ ਹੈ ਇਸ ਮੇਲੇ 'ਚ ਕੋਈ 40 ਸਹਿਕਾਰੀਆਂ ਦੇ ਹਿੱਸਾ ਲੈਣੇ ਤੇ ਫੀਲਡ ਸਰਵੰਦੀ ਕੰਮ ਪ੍ਰਸ਼ਾਸਨਿਕ ਕੰਮ ਸੰਸਥਾਗਤ ਸੁਰੱਖਿਆ ਤੇ ਹੋਰ ਨੇ ਕੰਮੇ ਕੀ ਵਰਿਸ਼ਟੇ ਕੀ ਪੇਸ਼ਕਸ਼ ਕਰਗਨ ਸਭੇ ਸਾਬਕਾ ਕਰਮੀਏ ਲਈ ਪੰਜੀਕਰਨ ਬੜਲੇ 7 ਵਜੇ ਤੋਂ ਮਾ ਬੜਲੇ 10 ਵਜੇ ਤੋੜੀ ਕੀਤਾ ਜਾਗ ਪੰਜੀਕਰਨ ਲਈ ਆਪਣਾ ਸ਼ਨਾਖਤੀ ਕਾਰਡ ਤੇ ਪੰਜ ਫੋਟੋ ਲੱਗੇ ਦਾ ਬਾਇਓ ਡਾਟਾ ਆਣਾ ਲਾਜ਼ਮੀ ਹੈ ਇਹ ਖਬਰਾਂ ਤੋਂ ਸਾਕਾਸ਼ਵਾਨੀ ਪਰਾਸੋ ਨਾਰਦੇਓ सुप्रीम कोर्ट ने देश दे हाई बाईकोर्टे च कथित नीट यूजी पेपर लीक जुड़े दहरीना दे दे मामले दी सुनवाई पर अज रोक लाई दी राष्ट्रीय परीक्षा एजेंसी आसिया आयोजित जाने कि नीट दी बदली आी याचिका पर सुनवाई करते हुए न्यायमूर्ति विक्रम नाथ हुरी अध्यक्षता आली अवकाश आली पीठ ने रोक लाई दी सुनवाई दौरान एनटीए दे वकील ने दस पिछले हफ्ते सर्वोच्च अदालत आसिया इस चाली दी बदली आली याचिका पर नोटिस जारी जाने कि बावजूद ब ਉੱਚ ਅਦਾਲਤਾਂ ਚ ਨੀਟ ਯੂਜੀ ਮਤਿਆਂ ਚ ਬੇਜ਼ਾਬਤੀਗੀਆਂ ਦੇ ਕਈ ਮਾਮਲੇ ਪਰ ਸੁਣਵਾਈ ਉਵਾਰਦੀ ਹੈ ਸਰਵੋਚ ਅਦਾਲਤ ਚ ਬਦਲੀ ਵਾਲੀ ਯਾਚਿਕائیں ਤੇ ਮਤਿਆਂ ਰੱਦ ਕਰਨ ਦੀ ਮੰਗ ਵਾਲੀ ਯਾਚਿਕائیں ਪਰ 8 ਜੁਲਾਈ ਕੀ ਸੁਣਵਾਈ ਹੋਗ ਸਰਕਾਰ ਨੇ ਆਖਿਆ ਜੇ ਮੁਲਖਾ ਚ ਪर्याप्त ਮਾਤਰਾ ਚ ਕਣਕੂ ਦਾ ਭੰਡਾਰ ਉਪਲਬਧ ਹੈ ਸਰਕਾਰ ਨੇ ਮੁਲਖਾ ਦੇ ਉਪਭੋਗਤਾਵਾਂ ਲਈ ਕੀਮਤਾਂ ਦੀ ਸਥਿਰਤਾ ਦੀ ਯਕੀਨੀ ਬਣਾਉਣੇ ਕਿਤੇ ਟਿਕਾਊ ਨੀਤੀ ਕੀ ਸ਼ੁਰੂ ਕਰਨੇ ਦੀ ਸਲਾਹ ਦਿੱਤੀ ਹੈ ਤਾਂ ਜੋ ਕਣਕੂ ਦੀਆਂ ਕੀਮਤਾਂ ਉੱਪਰ ਨਿਯਮਤਾ ਰੱਖੀ ਜਾ ਸਕੇ ਕੇਂਦਰੀ ਗ੍ਰਹਿ ਮਾਮਲੇ ਤੇ ਸਹਿਯੋਗ ਮੰਤਰੀ ਅਮਿਤ ਸ਼ਾ ਉੰਦੀ ਅਧਿਐਕਸ਼ਤਾ ਚ ਮੰਤਰੀਆਂ ਦੀ ਕਮੇਟੀ ਦੀ ਬੈਠਕਾ ਚ ਜ਼ਰੂਰੀ ਅਸ਼ੀਆ ਦੀਆਂ ਕੀਮਤਾਂ ਦਾ ਜਾਇਜ਼ਾ ਲਿਆਤਾ ਗਿਆ ਉਪਭੋਗਤਾ ਖਾਦ ਤੇ ਜਨਵਿਤ੍ਰਣ ਮੰਤਰਾਲੇ ਨੇ ਆਖਿਆ ਜੇ 2024 ਵਾਲੇ ਰਬੀ ਬਿਜਾ ਰਿ ਰੁੱਤਚ ਇਸ ਮਹੀਨੇ ਦੀ 18 ਤਰੀਕ ਤੱਕ ਕੋਈ 268 ਲੱਖ ਮੀਟ्रिक टन ਕੰਕ ਦੀ ਖਰੀਦ ਕੀਤੀ ਗਈ ਹੈ ਖਜ਼ਾਨਾ ਤੇ ਸਹਿਕਾਰਿਤਾ ਮਾਮਲੇ ਮੰਤਰੀ ਨਿਰਮਲਾ ਸੀਤਾਰਮਨ ਹੋਰੇ ਖਜ਼ਾਨਾ ਤੇ ਪੂੰਜੀ ਬਾਜ਼ਾਰ ਸਰਬੰਧੀ ਖੇਤਰ ਦੇ ਸ਼ੀਸ਼ ਵਿਸ਼ੇਸ਼ੱਗੀਆਂ ਕਰਨੇ ਬਜਟ ਕੋਲਾਂ ਪਹਿਲੇ ਆਲੇ ਸਲਾਹ ਸੂਤਰ ਦੇ ਦੂਵੇ ਦੌਰ ਦੀ ਬੈਠਕਾਂ ਦੀ ਅਧਿਕਸ਼ਤਾ ਕੀਤੀ ਤੇ ਉਦਯੋਗ ਜਗਤ ਤੇ ਸ਼ੀਸ਼ ਦੇ ਸੰਗਠਨ ਨੇ ਕਨੇ ਤ੍ਰੀਏ ਦੌਰ ਦੀ ਬੈਠਕ ਵੀ ਲਈ ਬੈਠਕਾਂ ਚ ਆਉਂਦੇ ਆਮ ਬਜਟ 2024 ਪੰਜੀ ਕਨੇ ਸਰਬੰਧਿਤ ਗੱਲੇ ਪਰ ਚਰਚਾ ਕੀਤੀ ਗਈ ਇਸ ਚ ਖਜ਼ਾਨੇ ਲਈ ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਖਜ਼ਾਨਾ ਸਚਿਵ ਵਪਾਰ ਵੰਜੂ ਵਪਾਰ ਦੇ ਵਿਭਾਗ ਦੇ ਸਚਿਵ, ਰਾਜਸਵ ਖਜ਼ਾਨਾ ਸੇਵਾਵਾਂ ਤੇ ਸਹਿਕਾਰਤਾ ਮਾਮਲੇ ਤੇ ਚੀਫ ਇਕਨੋਮਿਕ ਐਡਵਾਈਜ਼ਰ ਵੀ ਸ਼ਾਮਲ ਹੈ। RBI ਗਵਰਨਰ ਸ਼ਕਤੀਕਾਂਤ ਦਾਸੋਰੇ ਬਦਲਾਵਿਆਂ ਵਾਲੇ ਅੱਜੇ ਕੱਲੇ ਤੇ ਉੱਪਰ ਦੀਆਂ ਟੈਕਨੋਲੋਜੀ ਜਿਹਾਂ ਜੇ ਮਸ਼ਨੂਈ ਗਿਆਨ ਮਸ਼ੀਨੀ ਰਾਂਹ ਗਿਆਨ ਲੈਣਾ ਤੇ مالی ਸੰਸਥਾਨੇ ਚ ਵੱਡੀ ਜਾਣਕਾਰੀਆਂ ਕੀ ਦਿਖਣੇ ਸਮਝਣੇ ਕੀਤੇ ਇਸਤੇਮਾਲ ਕਰਨੇ ਸਰਵੰਧੀ ਸ਼ਮਤਾਇਨ ਦੇ ਬਾਰੇ ਗੱਲ ਆਖੀ ਮੁੰਬਈ ਚ RBI ਦੇ ਕਾਲਜ ਆਫ ਸੁਪਰਵਾਈਜ਼ਰਸ ਆਸਿਆਂ ਆਯੋਜਿਤ مالی ਲਚੀਲੇਪਨ ਉਪਰ ਵਿਸ਼ਵਿਕ ਸੰਮੇਲਨ ਦੇ ਦੂਵੇਂ ਸੰਸਕਰਣ ਚ ਬੋਲਦੇ ਹੋਏ ਗਵਰਨਰ ਹੋਰੇ ਆਖਿਆ ਜੇ ਪਹਿਲੇ ਕੁਲਾ ਜਾਣਕਾਰੀ ਕੀ ਦਿਖਣੇ ਸਮਝਣੇ ਚ ਮਸ਼ਨੂਈ ਗਿਆਨ ਤੇ ਮਸ਼ੀਨੀ ਗਿਆਨ ਖਾਸਾ बढ़ावा दे रैके एनबीएफसी तगड़े खतरे का पता लाने मदद रुझाने रूझाने भी सटीकता दस केन्द्रीय कपड़ा मंत्री गिरिराज सिंह हो अ नमी दिल्ली कपड़ा उद्योग संबंधी काउसल के प्रतिनिधियों कलबी इस दौरान श्री सिंह हो कपड़ा उद्योग संबंधित नेकं मुद्दे पर चर्चा की कपड़ा क्षेत्र की बढ़ावा नमी जान भरने गिते उ उद्योगपतियों सुझाव भी मंगे मंत्री हो सब धड़े अपने मुद्दे ते तल व्यापक तौर पर भेजने गिते आ साड़े संवाददाता रिपोर्ट मुजब मंत्री गिरिराज सिंह ने संबंधित सब धड़े दी कामकार केन्द्रीय कपड़ा मंत्री दे तौर पर सामने दे बाद पहली बैठक है इस मौके कपड़ा राज्य मंत्री पवित्रा मार्गरीटा ते मंत्रालय दे होने अधिकारी भी उ मौजूद हे भारतीय मौसम विभाग ने आख्या जे अगले किश दिन दौरान उत्तर पश्चिम ते पूर्व मध्य भारत च मानसून तूफान आने गर्मी दी स्थिति दा च किश कमी आग आकाशवाणी खबरें कलब करते मौसम विभाग दे वैज्ञानिक सोमा सेन राय हो मानसून के आने उत्तर प्रदेश की छोड़िए दक्षिण पश्चिम भारत दे मते सारे हिस्सच गर्मी दे प्रकोप थमा सव रात थोग थ राय हो इी जे अगले त्रं चौ दिन दौर गोवा महाराष्ट्र ते कर्नाटक च मती बरखा सकदी हो वैज्ञानिक इक्की तरीख यानी कल तकर कश्मीर घाटी दे किश हिस्से ते जम्मू खिते दे किश हिस्सों च हल्की दर्जे की बरखें गरज चमक ते तेज बाऊ चलने दे कीती की मौसम विभाग दे अधिकारी ने जे इस महीने दी की बई् त्री तारीख सव कु हल्की बरखा दे कन्नो कनोक बिजली चमकने ते बदल गरजने की भी मदद बुझी है उन्हें जे कुत क चौबी जून सव सई जून तक मौसम खुष्क रोग थारे पर किश थ पर बरखा होने की मदद है उन्हें जे बई जून थम जमू खिते के मैदानी च लू चलने की संभावना है च खास खास एक बारी फी प्रधानमंत्री नरेंद्र मोदी और केंद्र शासित प्रदेश जम्मू कश्मीर दं रजा दौरे पर श्रीनगर पुजे न न नौजवाने कार्यक्रम दौरान नियुक्ति पत्र बंटे गये त विकास भी शुरू गया રષ્ટ્રપતિ દ્રૌપદી મુર્મુ આખ્યાજે સંવેદનશીલતા સમેશીપણ સાડી સંસ્કૃતિ અને સભ્યતા અ અનત્રુટ હિસ્સ રક્ષા મંત્રાલય હિન્દોન એયર ફોર્સ સ્ટેશન ચાબકા કર્મિયે રોજગાર મેળે આયોજન કર ਸੁਪਰੀਮ ਕੋਰਟ ਨੇ ਦੇਸੇ ਦੇ ਬਖ ਬਖ ਹਾਈ ਕੋਰਟਾਂ ਚ ਕਥਿਤ ਨੀਟ ਯੂਜੀ ਪੇਪਰ ਲੀਕ ਕਰਨ ਦੇ ਜੁੜੇ ਦੇ ਮਾਮਲੇ ਦੇ ਦੇਰੀ ਨਾਲ ਮਾਮਲੇ ਦੀ ਸੁਣਵਾਈ ਉਪਰ ਅੱਜ ਰੋਕ ਲਾਈ ਦਿੱਤੀ ਤੇ ਭਾਰਤੀ ਮੌਸਮ ਵਿਭਾਗ ਨੇ ਆਖਿਆ ਜੇ ਆਉਂਦੇ ਮੌਸਮ ਦੇ ਆਉਣੇ ਕੰਨੇ ਕਿਛ ਦਿਨਾਂ ਚ ਗਰਮ ਹਵਾ ਅਲੇ ਅਲਾਚ ਚ ਕਮੀ ਆਉਗ ਤੇ ਉੱਤਰ ਪੱਛਮ ਤੇ ਪੂਰਬੀ ਤੇ ਮੱਧ ਭਾਰਤ ਚ ਸ਼ਮਾਨੀ ਬਿਜਲੀ ਗਰਜਣੇ ਦੀ ਵੀ ਪੇਸ਼ੰਗੋਈ ਕੀਤੀ ਹੈ ਇਸ ਬਿਲੇ ਦੇ ਬਿਲਟਿੰਚ ਬਸ ਇੰਨਾ ਗਏ